ਹਾਂਜੀ ਸਟੂਡੈਂਟਸ ਆਪਾਂ ਕਰਨ ਲੱਗੇ ਬੇਟਾ ਕੰਪਲੈਕਸ ਨੰਬਰ ਦਾ ਜੋ ਬੈਕਲੌਗ ਦਾ ਐਗਜ਼ਾਮ ਹੋਇਆ ਸੀ ਜੂਨ 2021 22 ਲਿਖਿਆ ਹੋਇਆ ਤਾਂ 21 ਦੇ ਵਿੱਚ ਜਿਹੜਾ ਆਪਣੇ ਕੋਲੇ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਜੋ ਵੀ ਕੰਪਲੈਕਸ ਨੰਬਰ ਔਰ ਕੁਆਡ੍ਰੈਟਿਕ ਇਕੁਏਸ਼ਨ ਦੇ ਕੁਐਸਚਨ ਸੀ ਉਹ ਸਾਰੇ ਆਪਾਂ ਡਿਸਕਸ ਕਰਨ ਲੱਗੇ ਹਾਂ ਤਾਂ ਫਸਟ ਕੁਐਸਚਨ ਸੀਗਾ ਜੈਟ ਦਿੱਤਾ ਹੋਇਆ 1 ਮਾਈਨਸ ਆਇਟਾ ਰੂਟ 3 1 ਪਲੱਸ ਆਇਟਾ ਰੂਟ 3 ਆਪਣੇ ਨੋਟਸ ਦੇ ਵਿੱਚੋਂ ਸੇਮ ਕੁਐਸਚਨ ਹੈ ਇਹ ਸੇਮ ਸਟੇਟਮੈਂਟ ਦਿੱਤੀ ਹੋਈ ਸੀ ਤਾਂ ਕਰਨਾ ਕੀ ਹੈ ਕੁਐਸਚਨ ਨੂੰ ਕਈ ਸਾਰੇ ਤਰੀਕਿਆਂ ਨਾਲ ਕੁਐਸਚਨ ਕੀਤਾ ਜਾ ਸਕਦਾ ਹੈ ਲੇਕਿਨ ਜੋ ਬੈਸਟ ਪੋਸੀਬਲ ਵੇ ਹੈ ਉਹ ਕੀ ਹੈ ਕਿ ਪਹਿਲਾਂ ਜੋ ਵੀ ਆਪਾਂ ਨੂੰ ਨੰਬਰ ਦਿੱਤਾ ਹੋਇਆ ਉਸ ਨੂੰ ਸਿੰਪਲ ਬਣਾ ਲਓ ਰੈਸ਼ਨਲਾਈਜ਼ ਕਰ ਦਿਓ ਤੁਹਾਨੂੰ ਰੈਸ਼ਨਲਾਈਜ਼ ਸਾਰਿਆਂ ਨੂੰ ਕਰਨਾ ਆਉਂਦਾ ਹੈ ਸਾਈਨ ਚੇਂਜ ਕਰਕੇ ਰੈਸ਼ਨਲਾਈਜ਼ ਕਰਤਾ ਤਾਂ ਆ ਨੰਬਰ ਬਣ ਗਿਆ ਠੀਕ ਹੈ ਹੁਣ ਆ ਨੰਬਰ ਬਣ ਗਿਆ ਤਾਂ ਇਹਦਾ ਆਰਗੂਮੈਂਟ ਕਿਵੇਂ ਫਾਈਂਡ ਕਰਦੇ ਆ ਉਹਦਾ ਆਪਾਂ ਨੇ ਪ੍ਰੋਪਰ ਪ੍ਰੋਸੀਜਰ ਪੜਿਆ ਕਿ ਸਭ ਨਾਲੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਅਲਫਾ ਫਾਈਂਡ ਕਰਦੇ ਹਾਂ ਤਾਂ ਅਲਫਾ ਕੀ ਆਉਂਦਾ ਹੈ ਟੈਨ ਇਨਵਰਸ ਵਾਈ ਅਪਾਨ ਐਕਸ ਟੈਨ ਇਨਵਰਸ ਰੂਟ 3 ਆ ਗਿਆ ਪਾਈ ਬਾਈ 6 ਫਿਰ ਆਪਾਂ ਜਦੋਂ ਪ੍ਰਿੰਸੀਪਲ ਵੈਲਿਊ ਫਾਈਂਡ ਕਰਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ ਇਹ ਦੇਖਦੇ ਹਾਂ ਵੀ ਜੈਡ ਕਿਹੜੇ ਕੁਆਡਰੈਂਟ ਚ ਲਾਈ ਕਰਦਾ ਹੈ ਪਤਾ ਕਿਵੇਂ ਲੱਗਦਾ ਵੀ ਜੈਡ ਕਿਹੜੇ ਕੁਆਡਰੈਂਟ ਚ ਲਾਈ ਕਰਦਾ ਹੈ ਐਕਸ ਵਾਈ ਦੀਆਂ ਵੈਲਿਊਜ਼ ਦੇਖ ਕੇ ਐਕਸ ਨੈਗੇਟਿਵ ਹੈ ਵਾਈ ਨੈਗੇਟਿਵ ਹੈ ਐਕਸ ਔਰ ਵਾਈ ਅਗਰ ਦੋਨੋਂ ਨੈਗੇਟਿਵ ਹੈ ਇਟ ਮੀਨਸ ਜੈਡ ਥਰਡ ਕੁਆਡਰੈਂਟ ਚ ਠੀਕ ਹੈ ਅਗਰ ਜੈਡ ਥਰਡ ਕੁਆਡਰੈਂਟ ਚ ਹੈ ਤਾਂ ਆਪਾਂ ਨੂੰ ਪਤਾ ਹੈ ਥੀਟਾ ਕਿਹਦੇ ਇਕੁਅਲ ਹੁੰਦਾ ਹੈ ਥੀਟਾ ਹੁੰਦਾ ਹੈ ਮਾਈਨਸ ਪਾਈ ਮਾਈਨਸ ਅਲਫਾ ਦੇ ਰੂਲ ਆਪਾਂ ਨੇ ਪੜਿਆ ਹੋਇਆ ਤਾਂ ਆਪਾਂ ਨੇ ਕੋਲੇ ਅਲਫਾ ਦੀ ਵੈਲਿਊ ਹੈਗੀ ਹੈ ਇੱਥੇ ਆਪਾਂ ਨੇ ਪੁੱਟ ਕਰਤੀ ਸੋਲਵ ਕੀਤਾ ਤਾਂ ਮਾਈਨਸ 120 ਡਿਗਰੀ ਪ੍ਰਿੰਸੀਪਲ ਵੈਲਿਊ ਆ ਗਈ ਲੇਕਿਨ ਇੱਥੋਂ ਤੱਕ ਵੀ ਕੁਐਸਚਨ ਕਰਕੇ ਆਪਾਂ ਨੂੰ ਕਈ ਵਾਰ ਡਾਊਟ ਹੁੰਦਾ ਵੀ ਕਿਤੇ ਮੈਂ ਗਲਤ ਤਾਂ ਨਹੀਂ ਕਰਤਾ ਕੁਐਸਚਨ ਕਿਉਂਕਿ ਆਪਸ਼ਨ ਹੈ ਨਹੀਂ ਤਾਂ ਇਹਨਾਂ ਨੇ ਇੱਥੇ ਪ੍ਰਿੰਸੀਪਲ ਵੈਲਿਊ ਨਹੀਂ ਦਿੱਤੀ ਹੋਈ ਬੇਟਾ ਤਾਂ ਮਾਈਨਸ 120 ਆਪਣਾ ਬਿਲਕੁਲ ਸਹੀ ਆਨਸਰ ਹੈ ਪਰ ਇੱਥੇ ਨਹੀਂ ਦਿੱਤਾ ਹੋਇਆ ਤਾਂ ਫਿਰ ਪ੍ਰਿੰਸੀਪਲ ਵੈਲਿਊ ਤੋਂ ਜਨਰਲ ਵੈਲਿਊ ਬਣਾਉਣ ਦਾ ਤਰੀਕਾ ਕੀ ਹੁੰਦਾ ਆਪਾਂ ਨੇ ਕਿਹਾ ਸੀ ਜਦੋਂ ਆਪਾਂ ਨੂੰ ਪ੍ਰਿੰਸੀਪਲ ਵੈਲਿਊ ਪਤਾ ਹੈ ਤਾਂ ਜਨਰਲ ਵੈਲਿਊ ਬਣਾਉਣ ਵਾਸਤੇ ਆਪਾਂ ਪ੍ਰਿੰਸੀਪਲ ਵੈਲਿਊ ਦੇ ਵਿੱਚ 2 ਪਾਈ 4 ਪਾਈ 6 ਪਾਈ 8 ਪਾਈ ਐਡ ਕਰੀ ਜਾਂਦੇ ਹਾਂ ਤਾਂ ਜਦੋਂ ਆਪਾਂ 2 ਪਾਈ ਐਡ ਕੀਤਾ ਤਾਂ ਆਨਸਰ ਆ ਗਿਆ 240 ਜੋ ਕਿ ਆਪਸ਼ਨ 'ਚ ਦਿੱਤਾ ਹੋਇਆ ਇਸ ਕਰਕੇ ਇਸ ਕੁਐਸਚਨ ਦਾ ਆਨਸਰ ਆਏਗਾ ਸੀ ਠੀਕ ਹੈ ਇਹ ਤਾਂ ਹੋ ਗਿਆ ਇਹ ਕੁਐਸਚਨ ਅਗਰ ਆਪਾਂ ਹੋਰ ਵੀ ਆਪਣੀ ਨੌਲੇਜ ਯੂਜ਼ ਕਰੀਏ ਤਾਂ ਆਪਾਂ ਨੂੰ ਇੰਨਾ ਟਾਈਮ ਨਹੀਂ ਲੱਗਦਾ ਸੀ ਕੁਐਸਚਨ ਕਰਨ ਠੀਕ ਹੈ ਕਿਉਂਕਿ ਆਪਾਂ ਨੇ ਥਿਊਰੀ ਦੇ ਵਿੱਚ ਬਹੁਤ ਕੁਝ ਪੜ੍ਹਿਆ ਲੇਕਿਨ ਜਿਹੜਾ ਕਿ ਆਪਾਂ ਧਿਆਨ ਨਾਲ ਅਗਰ ਦੇਖਦੇ ਹਾਂ ਤਾਂ ਹੀ ਆਪਾਂ ਨੂੰ ਨਜ਼ਰ ਆਉਂਦਾ ਬੇਟਾ ਤਾਂ ਉਹ ਕਿਵੇਂ ਕਿ ਆ ਜਿਹੜੀ ਜੈਡ ਦੀ ਵੈਲਿਊ ਹੈ ਮਾਈਨਸ 1 ਬਾਈ 2 ਰੂਟ ਮਾਈਨਸ ਅੰਡਰ ਰੂਟ 3 ਬਾਈ 2 ਇਹ ਕਿਹਦੇ ਬਰਾਬਰ ਹੈ ਇਹ ਓਮੇਗਾ ਸਕੇਅਰ ਦੇ ਬਰਾਬਰ ਹੈ ਠੀਕ ਹੈ ਤੇ ਆਪਾਂ ਨੇ ਜਦੋਂ ਟੌਪਿਕ ਪੜ੍ਹਿਆ ਸੀ ਕਿਊਬ ਰੂਟਸ ਆਫ ਯੂਨਿਟੀ ਤਾਂ ਆਪਾਂ ਇੱਕ ਡਾਇਗ੍ਰਾਮ ਬਣਾਈ ਸੀਗੀ ਕਿ ਜਿਹੜੇ ਕਿਊਬ ਰੂਟਸ ਆਫ ਯੂਨਿਟੀ ਹੈ ਉਹ ਇੱਕ ਸਰਕਲ ਤੇ ਲਾਈ ਕਰਦੇ ਆ ਠੀਕ ਹੈ ਸਰਕਲ ਤੇ ਲਾਈ ਕਰਦੇ ਆ ਇਸ ਤਰ੍ਹਾਂ ਇੱਕ ਸਰਕਲ ਬਣਦਾ ਤੇ ਆਪਾਂ ਕਿਹਾ ਸੀ ਇੱਥੇ 1 ਹੁੰਦਾ ਇੱਥੇ ਓਮੇਗਾ ਹੁੰਦਾ ਤੇ ਇੱਥੇ ਓਮੇਗਾ ਸਕੇਅਰ ਹੁੰਦਾ ਤਾਂ ਓਮੇਗਾ ਸਕੇਅਰ ਦਾ ਜਿਹੜਾ ਐਂਗਲ ਬਣਦਾ ਉਹ ਬਣਦਾ 240 ਡਿਗਰੀ ਤਾਂ ਜੇ ਉਹਦਾ ਪ੍ਰਿੰਸੀਪਲ ਵੈਲਿਊ ਕੱਢੋਗੇ ਤਾਂ ਇਧਰੋਂ ਦੀ ਕੱਢੋਗੇ ਤਾਂ ਮਾਈਨਸ ਦੀ 120 ਡਿਗਰੀ ਆਊਗੀ ਤੇ ਜੇ ਇਧਰੋਂ ਦੀ ਕੱਢੋਗੇ ਤਾਂ 240 ਡਿਗਰੀ ਆਊ ਮਾਈਨਸ 120 ਆਪਾਂ ਨੇ ਕੱਢਿਆ ਸੀ ਜੋ ਕਿ ਆਪਸ਼ਨ 'ਚ ਨਹੀਂ ਦਿੱਤਾ ਸੀ ਤਾਂ ਇਸ ਲਈ 240 ਟਿਕ ਕੀਤਾ ਜੇ ਮੰਨ ਲਓ ਇੱਥੇ ਪਲੱਸ ਬਣ ਜਾਂਦਾ ਠੀਕ ਹੈ ਓਮੇਗਾ ਬਣਦਾ ਤਾਂ ਓਮੇਗਾ ਦਾ ਐਂਗਲ ਬਣਦਾ ਬੇਟਾ 120 ਅਗਰ ਆਪਾਂ ਇਹ ਸਟੈਂਡਰਡ ਦੇ ਜਿਹੜੇ ਰਿਜ਼ਲਟ ਹੈ ਅਗਰ ਉਹ ਯਾਦ ਰੱਖਦੇ ਹਾਂ ਤਾਂ ਕੁਐਸਚਨ ਆਪਾਂ ਨੂੰ ਸ਼ਕਲ ਦੇਖ ਕੇ ਕੁਐਸਚਨ ਦਾ ਆਨਸਰ ਪਤਾ ਹੁੰਦਾ ਹਨਾ ਤਾਂ ਆਪਾਂ ਸੋਚਦੇ ਨਾ ਕਈ ਬੱਚੇ ਕਹਿੰਦੇ ਪੇਪਰ ਬਹੁਤ ਲੈਂਥੀ ਹੈ ਕਈ ਬੱਚੇ ਕਹਿੰਦੇ ਇਹ ਪੇਪਰ ਦਾ ਬੜਾ ਸਿੰਪਲ ਪਾ ਰੱਖਿਆ ਸੀ ਆ ਜੇ ਹੁਣ ਆਪਾਂ ਨੇ ਇੱਥੋਂ ਤੱਕ ਕੱਢਣ ਤੋਂ ਬਾਅਦ ਓਮੇਗਾ ਸਕੇਅਰ ਸੋਚ ਕੇ ਆਪਾਂ ਨੂੰ ਹੀ ਪਤਾ ਵੀ ਓਮੇਗਾ ਸਕੇਅਰ ਦਾ ਆਰਗੂਮੈਂਟ ਤਾਂ ਜੀ ਮਾਈਨਸ 120 ਹੁੰਦਾ ਪ੍ਰਿੰਸੀਪਲ ਵੈਲਿਊ ਜਨਰਲ ਵੈਲਿਊ 240 ਹੈ ਤਾਂ ਆਪਾਂ ਤਾਂ ਇੱਥੋਂ ਤੱਕ ਕਰਨ ਸਾਰ ਕੁਐਸਚਨ ਟਿਕ ਕਰਤਾ ਦੂਸਰਾ ਬੱਚਾ ਹਲੇ ਉਹਦੇ ਅਲਫਾ ਥੀਟਾ ਕੱਢੀ ਜਾਂਦਾ ਤਾਂ ਬਹੁਤ ਫਰਕ ਪੈ ਜਾਂਦਾ ਟਾਈਮ ਦਾ ਠੀਕ ਹੈ ਤਾਂ ਇਸੇ ਕਰਕੇ ਜਿਹੜੀ ਥਿਊਰੀ ਕਰਦੇ ਹਾਂ ਥਿਊਰੀ ਬਹੁਤ ਇੰਪੋਰਟੈਂਟ ਹੈ ਜਿਹਨੂੰ ਥਿਊਰੀ ਆਉਂਦੀ ਹੈ ਉਹੀ ਇਹ ਤਰੀਕੇ ਲਗਾ ਸਕਦਾ ਬੇਟਾ ਦੂਸਰਾ ਬੱਚਾ ਨਹੀਂ ਲਗਾ ਸਕਦਾ ਫਿਰ ਆਪਾਂ ਨੂੰ ਦਿੱਤਾ ਹੈ ਮੋਡ ਜੈਡ ਇਕੁਅਲ ਟੂ 1 ਡਬਲਿਊ ਦੀ ਵੈਲਿਊ ਦਿੱਤੀ ਹੋਈ ਹੈ ਜੈਡ ਮਾਈਨਸ 1 ਓਵਰ ਜੈਡ ਪਲੱਸ 1 ਤਾਂ ਰੀਅਲ ਪਾਰਟ ਆਫ ਡਬਲਿਊ ਕੱਢਣਾ ਹੈ ਠੀਕ ਹੈ ਤਾਂ ਰੀਅਲ ਪਾਰਟ ਆਫ ਡਬਲਿਊ ਆ ਡਬਲਿਊ ਦਿੱਤਾ ਹੋਇਆ ਹੈ ਡਬਲਿਊ ਇੱਕ ਕੰਪਲੈਕਸ ਨੰਬਰ ਹੈ ਜੈਡ ਦੀ ਵੈਲਿਊ ਕਰੋ ਬਸ ਐਕਸ ਪਲੱਸ ਆਇਟਾ ਵਾਈ ਇਹਨੂੰ ਸੋਲਵ ਕਰ ਲਓ ਰੈਸ਼ਨਲਾਈਜ਼ ਕਰਤਾ ਆਪਾਂ ਨੇ ਬਿਲਕੁਲ ਸਿੰਪਲ ਉਹਦਾ ਰੀਅਲ ਪਾਰਟ ਕੱਢ ਲਿਆ ਰੀਅਲ ਪਾਰਟ ਮਤਲਬ ਆ ਦੇਖੋ ਆਇਟਾ ਵਾਲਾ ਆਇਟਾ ਦੋ ਛੱਡ ਦਿਓ ਆ ਵੀ ਬਿਨਾਂ ਆਇਟਾ ਤੋਂ ਆ ਵੀ ਬਿਨਾਂ ਆਇਟਾ ਤੋਂ ਤਾਂ ਲਿਖ ਲਿਆ ਆਪਾਂ ਨੇ ਤਾਂ ਇਹ ਜੀਰੋ ਆ ਗਿਆ ਜੀਰੋ ਕਿਉਂ ਆ ਗਿਆ ਕਿਉਂਕਿ ਮੋਡ ਜੈਡ ਇਕੁਅਲ ਟੂ 1 ਦਿੱਤਾ ਹੋਇਆ ਮੋਡ ਜੈਡ ਮਤਲਬ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੀ ਵੈਲਿਊ ਇਕੁਅਲ ਟੂ 1 ਹੈ ਆਪਾਂ ਐਕਸ ਸਕੇਅਰ ਵਾਈ ਸਕੇਅਰ 1 ਪੁੱਟ ਕਰਾਂਗੇ ਤਾਂ ਆਨਸਰ ਕਿੰਨਾ ਆ ਗਿਆ ਜ਼ੀਰੋ ਮਤਲਬ ਕੁਐਸਚਨ ਆਪਣੇ ਜਦੋਂ ਸਾਹਮਣੇ ਆਉਂਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਇਹ ਕੁਐਸਚਨ ਐਵੇਂ ਕਰਨਾ ਤਾਂ ਆਪਾਂ ਨੇ ਤਾਂ ਸਿੰਪਲ ਇਹ ਸੋਚਿਆ ਕਿ ਬਈ ਰੀਅਲ ਪਾਰਟ ਕੱਢਣਾ ਡਬਲਿਊ ਦਾ ਠੀਕ ਹੈ ਇਹਦਾ ਮਤਲਬ ਜੋ ਵੀ ਡਬਲਿਊ ਦਿੱਤਾ ਹੋਇਆ
ਉਹਨੂੰ ਅਸੀਂ ਕੀ ਕਰੋ ਸੈਪਰੇਟ ਕਰ ਲਓ ਸਟੈਂਡਰਡ ਫਾਰਮ ਚ ਬਣਾ ਲਓ। ਸਟੈਂਡਰਡ ਫਾਰਮ ਚ ਬਣਾ ਕੇ ਜਿਹਦੇ ਨਾਲ ਆਇਟਾ ਲੱਗਿਆ ਉਹ ਇਮੇਜਿਨਰੀ ਪਾਰਟ ਹੈ, ਜਿਹਦੇ ਨਾਲ ਆਇਟਾ ਨਹੀਂ ਲੱਗਿਆ ਉਹ ਰੀਅਲ ਪਾਰਟ। ਜੈਡ ਦੀ ਵੈਲਿਊ ਭਰੀ ਤਾਂ ਪੂਰੇ ਚੈਪਟਰ ਦੇ ਵਿੱਚ ਤੁਹਾਨੂੰ ਦੱਸਿਆ ਇੱਕੋ ਹੀ ਤਰੀਕਾ ਬੇਟਾ, ਜੈਡ ਦੀ ਜਗ੍ਹਾ ਤੇ ਐਕਸ ਪਲੱਸ ਆਇਟਾ ਵਾਈ ਭਰ ਦੋ, ਕੁਸ਼ਚਨ ਆਪੇ ਹੀ ਸੋਲਵ ਹੋ ਜਾਂਦਾ। ਠੀਕ ਹੈ, ਨੈਕਸਟ ਆਇਟਾ ਕੁਸ਼ਚਨ ਨੰਬਰ 3। ਦ ਕੰਪਲੈਕਸ ਨੰਬਰ ਦਿਸ ਐਂਡ ਦਿਸ ਆਰ ਕੰਜੂਗੇਟ ਟੂ ਈਚ ਅਦਰ। ਕਹਿੰਦਾ ਦੋਨੋਂ ਨੰਬਰ ਇੱਕ ਦੂਸਰੇ ਦੇ ਕੰਜੂਗੇਟ ਹੈ, ਆਪਾਂ ਨੇ ਐਕਸ ਦੀ ਵੈਲਿਊ ਲੱਭਣੀ ਇਹਨਾਂ ਵਿੱਚੋਂ ਕਿਹੜੀ ਆਉਂਦੀ ਹੈ। ਅਕੋਰਡਿੰਗ ਟੂ ਕੁਸ਼ਚਨ ਆਪਾਂ ਨੂੰ ਕੀ ਦਿੱਤਾ, ਆਪਾਂ ਨੇ ਪਹਿਲੇ ਨੰਬਰ ਦਾ ਕੰਜੂਗੇਟ ਲੈ ਲਿਆ ਤੇ ਇਸ ਦਾ ਕੰਜੂਗੇਟ ਇਹਦੇ ਬਰਾਬਰ ਆਉਣਾ ਚਾਹੀਦਾ, ਚਾਹੇ ਤੁਸੀਂ ਇਹਦਾ ਕੰਜੂਗੇਟ ਇਹਦੇ ਬਰਾਬਰ ਰੱਖ ਲਓ, ਕੋਈ ਫਰਕ ਨਹੀਂ ਪੈਂਦਾ। ਤਾਂ ਆਪਾਂ ਪਹਿਲੇ ਨੰਬਰ ਦਾ ਕੰਜੂਗੇਟ ਦੂਸਰੇ ਦੇ ਬਰਾਬਰ ਰੱਖ ਲਓ। ਕੰਜੂਗੇਟ ਕੀ ਹੋ ਗਿਆ, ਸਾਈਨ ਚੇਂਜ ਹੋ ਗਿਆ। ਹੁਣ ਇਹ ਦੋ ਕੰਪਲੈਕਸ ਨੰਬਰ ਬਰਾਬਰ ਹੈ, ਜਦੋਂ ਦੋ ਕੰਪਲੈਕਸ ਨੰਬਰ ਬਰਾਬਰ ਹੁੰਦੇ ਆ ਤਾਂ ਕੀ ਰੂਲ ਹੁੰਦਾ, ਰੀਅਲ ਪਾਰਟ ਰੀਅਲ ਦੇ ਬਰਾਬਰ, ਇਮੈਜਿਨਰੀ ਪਾਰਟ ਇਮੈਜਿਨਰੀ ਦੇ। ਹੁਣ ਸਾਈਨ ਐਕਸ ਬਰਾਬਰ ਕੋਸ ਐਕਸ ਹੈ ਤੇ ਕੋਸ ਟੂ ਐਕਸ ਬਰਾਬਰ ਸਾਈਨ ਟੂ ਐਕਸ ਹੈ। ਠੀਕ ਹੈ, ਹੁਣ ਸਾਈਨ ਐਕਸ ਬਰਾਬਰ ਕੋਸ ਐਕਸ ਹੈ ਮਤਲਬ ਟੈਨ ਐਕਸ ਬਰਾਬਰ ਵਨ ਹੈ। ਠੀਕ ਹੈ, ਤਾਂ ਟੈਨ ਐਕਸ ਬਰਾਬਰ ਵਨ ਆ ਗਿਆ, ਮਤਲਬ ਐਕਸ ਤਾਂ ਕਿੰਨਾ ਆਉਣਾ ਚਾਹੀਦਾ ਸੀ, ਪਾਈ ਬਾਏ ਫੋਰ ਆਉਣਾ ਚਾਹੀਦਾ ਸੀ। ਠੀਕ ਹੈ, ਤੇ ਇੱਧਰੋਂ ਆਪਾਂ ਦੇਖਾਂਗੇ ਤਾਂ ਟੈਨ ਟੂ ਐਕਸ ਬਰਾਬਰ ਵਨ ਆਊਗਾ, ਤਾਂ ਟੂ ਐਕਸ ਬਰਾਬਰ ਪਾਈ ਬਾਏ ਫੋਰ ਆਊਗਾ, ਤਾਂ ਐਕਸ ਬਰਾਬਰ ਪਾਈ ਬਾਏ ਏਟ ਆਊਗਾ। ਤਾਂ ਜਾਂ ਤਾਂ ਐਕਸ ਪਾਈ ਬਾਏ ਫੋਰ ਹੋਣਾ ਚਾਹੀਦਾ ਹੈ ਜਾਂ ਐਕਸ ਪਾਈ ਬਾਏ ਏਟ ਹੋਣਾ ਚਾਹੀਦਾ, ਪਰ ਦੋਨੋਂ ਇਕੱਠੇ ਦੋਨੋਂ ਚੀਜ਼ਾਂ ਇਕੱਠੀਆਂ ਹੋ ਸਕਦੀਆਂ ਕਦੇ, ਕਿਉਂਕਿ ਆਹ ਇਹਦੇ ਬਰਾਬਰ ਵੀ ਹੋਣਾ ਚਾਹੀਦਾ ਤੇ ਆਹ ਇਹਦੇ ਬਰਾਬਰ ਵੀ ਹੋਣਾ ਚਾਹੀਦਾ। ਠੀਕ ਹੈ, ਤਾਂ ਇਹ ਦੋਨੋਂ ਚੀਜ਼ਾਂ ਕਦੇ ਵੀ ਇਕੱਠੀਆਂ ਹੋ ਨਹੀਂ ਸਕਦੀਆਂ, ਵੀ ਐਕਸ ਪਾਈ ਬਾਏ ਫੋਰ ਵੀ ਹੋਵੇ ਤੇ ਐਕਸ ਪਾਈ ਬਾਏ ਏਟ ਵੀ ਹੋਵੇ। ਇਸ ਲਈ ਕੋਈ ਵੀ ਵੈਲਿਊ ਇਹੋ ਜਿਹੀ ਨਹੀਂ ਹੈ ਜਿਹਦੇ ਵਾਸਤੇ ਇਹ ਨੰਬਰ ਇੱਕ ਦੂਸਰੇ ਦੇ ਕੰਜੂਗੇਟ ਹੋ ਜਾਣ, ਜਾਂ ਦੋਨੋਂ ਐਕਸਪ੍ਰੈਸ਼ਨ ਆਪਸ ਚ ਕਦੇ ਵੀ ਬਰਾਬਰ ਹੋ ਨਹੀਂ ਸਕਦੇ ਬੇਟਾ। ਤੇ ਜੇ ਤੁਹਾਨੂੰ ਇੱਥੇ ਕਨਫਿਊਜ਼ਨ ਹੁੰਦੀ ਹੈ, ਮੰਨ ਲਓ ਆਪਾਂ ਨੂੰ ਆਹ ਮੈਥਡ ਲੱਗਦਾ ਵੀ ਇਹ ਤਾਂ ਬਹੁਤ ਔਖਾ ਹੋ ਗਿਆ, ਆਪਾਂ ਨੇ ਦਿਮਾਗ ਚ ਨਹੀਂ ਆਇਆ, ਇੱਥੋਂ ਤੱਕ ਅਸੀਂ ਕਰ ਲਿਆ। ਉਸ ਤੋਂ ਬਾਅਦ ਕੀ ਕੀਤਾ, ਅਸੀਂ ਆਪਸ਼ਨ ਢੱਕ ਕੇ ਦੇਖੀ, ਐਕਸ ਜੀਰੋ ਦਿੱਤਾ, ਜੀਰੋ ਪੁੱਟ ਕੀਤਾ, ਸਾਈਨ ਜੀਰੋ ਜੀਰੋ ਹੈ, ਕੋਸ ਜੀਰੋ ਵਨ ਹੈ, ਬਰਾਬਰ ਨਹੀਂ ਆਏ, ਇਹ ਸੀ ਆਪਸ਼ਨ ਗਲਤ ਹੋ ਗਈ। ਤਾਂ ਜਦੋਂ ਉਰੇ ਐਨ ਤਾਂ ਇੰਟੀਜ਼ਰ ਹੁੰਦਾ, ਐਨ ਨੂੰ ਜੀਰੋ ਲਵਾਂਗੇ ਤਾਂ ਇਹ ਵੀ ਜੀਰੋ ਬਣ ਜੂ, ਤੇ ਜੀਰੋ ਤਾਂ ਆਉਂਦਾ ਨਹੀਂ, ਇਹ ਆਪਸ਼ਨ ਵੀ ਗਲਤ ਹੋ ਗਈ। ਇੱਥੇ ਐਨ ਨੂੰ ਜੀਰੋ ਲੈ ਲਿਆ ਤਾਂ ਐਕਸ ਕਿੰਨਾ ਆ ਗਿਆ, ਪਾਈ ਬਾਏ ਟੂ, ਪਾਈ ਬਾਏ ਟੂ ਭਰਾਂਗੇ, ਸਾਈਨ ਪਾਈ ਬਾਏ ਟੂ ਵਨ ਹੁੰਦਾ, ਕੋਸ ਪਾਈ ਬਾਏ ਟੂ ਜੀਰੋ ਹੁੰਦਾ, ਤਾਂ ਇਹ ਵੀ ਨਹੀਂ ਸੈਟਿਸਫਾਈ ਕਰਦਾ, ਤਾਂ ਇਹ ਵੀ ਗਲਤ ਹੋ ਗਿਆ, ਤਾਂ ਵੀ ਆਂਸਰ ਕੀ ਆ ਗਿਆ ਡੀ। ਤਾਂ ਉਹ ਆਪਣੀ ਮਰਜ਼ੀ ਹੈ ਕਿ ਆਪਾਂ ਟੈਨ ਵਾਲਾ ਕਨਸੈਪਟ ਸੋਚ ਕੇ ਕਰਦੇ ਹਾਂ ਜਾਂ ਆਪਾਂ ਆਪਸ਼ਨ ਭਰ ਕੇ ਕਰਦੇ ਹਾਂ, ਕੁਸ਼ਚਨ ਦੋਨੋਂ ਤਰੀਕਿਆਂ ਨਾਲ ਆਪਣਾ ਹੋ ਜੂਗਾ। ਠੀਕ ਹੈ, ਨੈਕਸਟ ਹੈ ਬੇਟਾ ਕੁਸ਼ਚਨ ਨੰਬਰ 4। ਜੈਡ ਦਿੱਤਾ ਹੋਇਆ ਰੂਟ 3 ਪਲੱਸ ਆਇਓਟਾ ਬਾਏ 2, ਤਾਂ ਆਪਾਂ ਨੇ ਜੈਡ ਦੀ ਪਾਵਰ 101 ਪਲੱਸ ਆਇਓਟਾ ਦੀ ਪਾਵਰ 103 ਰੇਸ ਟੂ ਪਾਵਰ 105 ਕਰਨਾ। ਤਾਂ ਕੁਸ਼ਚਨ ਦੇਖਣ ਚ ਐਂ ਲੱਗਦਾ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਅਜੀਬ ਜਿਹਾ ਕੁਸ਼ਚਨ ਪਾਤਾ, ਬਟ ਕੁਛ ਵੀ ਨਹੀਂ ਬੇਟਾ। ਕੁਸ਼ਚਨ ਦੇ ਵਿੱਚ ਆਪਾਂ ਨੂੰ ਦੇਖੋ ਓਮੇਗਾ ਤੇ ਓਮੇਗਾ ਸਕੇਅਰ ਦੀਆਂ ਵੈਲਿਊਜ ਆਉਂਦੀਆਂ ਸਾਰੇ ਬੱਚਿਆਂ ਨੂੰ, ਤਾਂ ਓਮੇਗਾ ਦੀ ਵੈਲਿਊ ਕੀ ਹੁੰਦੀ ਹੈ, ਮਾਈਨਸ 1 ਪਲੱਸ ਰੂਟ 3 ਆਇਓਟਾ ਬਾਏ 2। ਤਾਂ ਜਦੋਂ ਵੀ ਆਪਣੇ ਕੋਲ ਇਹੋ ਜਿਹੀ ਚੀਜ਼ ਆਉਂਦੀ ਹੈ ਮਿਲਦੀ ਜੁਲਦੀ ਹੈ ਨਾ, ਆਪਾਂ ਉੱਥੋਂ ਹੀ ਆਈਡੀਆ ਲਗਾ ਲੈਂਦੇ ਹਾਂ। ਮਾਈਨਸ 1 ਨੂੰ ਆਪਾਂ ਕੀ ਕੀਤਾ, ਆਇਓਟਾ ਸਕੇਅਰ ਲਿਖਤਾ, ਆਇਓਟਾ ਸਕੇਅਰ ਲਿਖਤਾ, ਤਾਂ ਇੱਕ ਆਇਓਟਾ ਕਾਮਨ ਕੱਢ ਕੇ ਡਿਵਾਈਡ ਕਰਤਾ, ਤਾਂ ਓਮੇਗਾ ਬਟਾ ਆਇਓਟਾ ਦੇਖੋ ਕੀ ਆ ਗਿਆ, ਆਇਓਟਾ ਪਲੱਸ ਰੂਟ 3 ਬਾਏ 2 ਆ ਗਿਆ, ਮਤਲਬ ਓਮੇਗਾ ਬਾਏ ਆਇਓਟਾ ਕੀ ਆ ਗਿਆ, ਜੈਡ ਆ ਗਿਆ। ਠੀਕ ਹੈ, ਆ ਜਿਹੜਾ ਮਾਈਨਸ 1 ਸੀਗਾ ਇਹਦੀ ਜਗ੍ਹਾ ਆਪਾਂ ਨੇ ਆਇਓਟਾ ਸਕੇਅਰ ਲਿਖਤਾ, ਇੱਕ ਆਇਓਟਾ ਇੱਧਰ ਡਿਵਾਈਡ ਕਰ, ਤਾਂ ਜੈਡ ਦੀ ਵੈਲਿਊ ਆ ਗਈ ਓਮੇਗਾ ਬਟਾ ਆਇਓਟਾ। ਠੀਕ ਹੈ, ਤਾਂ ਜੈਡ ਦੀ ਪਾਵਰ 101 ਸੋਲਵ ਕਰਨੀ ਹੈ, ਜੈਡ ਦੀ ਪਾਵਰ 101 ਆਪਾਂ ਨੇ ਸੋਲਵ ਕੀਤੀ ਤਾਂ ਕਿੰਨੀ ਆ ਗਈ, ਓਮੇਗਾ ਬਟਾ ਆਇਓਟਾ ਦੀ 101। ਓਮੇਗਾ ਦੀ ਜਦੋਂ ਵੱਡੀ ਪਾਵਰ ਆਉਂਦੀ ਹੈ ਤਾਂ ਆਪਾਂ 3 ਤੇ ਡਿਵਾਈਡ ਕਰਕੇ ਰਿਮਾਇੰਡਰ ਲਿਖਦੇ ਹਾਂ, ਓਮੇਗਾ ਸਕੇਅਰ ਆ ਗਿਆ। ਆਇਓਟਾ ਵਾਸਤੇ ਆਪਾਂ 4 ਤੇ ਡਿਵਾਈਡ ਕਰਦੇ ਹਾਂ, ਆਇਓਟਾ ਦੀ 1 ਆ ਗਈ, ਤਾਂ ਓਮੇਗਾ ਸਕੇਅਰ ਬਾਏ ਆਇਓਟਾ, ਤੇ 1 ਬਾਏ ਆਇਓਟਾ ਕਿਹਦੇ ਇਕੁਅਲ ਹੁੰਦਾ, ਮਾਈਨਸ ਆਇਓਟਾ, ਪੜ੍ਹਿਆ ਹੋਇਆ ਆਪਾਂ ਨੇ, ਤਾਂ ਆਹ ਵੈਲਿਊ ਆ ਗਈ। ਹੁਣ ਆਇਓਟਾ ਦੀ ਪਾਵਰ 103, ਉਹ ਤਾਂ ਸਿੰਪਲ 4 ਤੇ ਡਿਵਾਈਡ ਕਰਤਾ, ਆਇਓਟਾ 3 ਆ ਗਿਆ, ਤਾਂ ਮਾਈਨਸ ਆਇਓਟਾ ਆ ਗਿਆ। ਤਾਂ ਇੱਥੇ ਵੈਲਿਊਜ਼ ਪੁੱਟ ਕਰਤੀਆਂ ਦੋਨਾਂ ਦੀਆਂ, ਮਾਈਨਸ ਆਇਓਟਾ ਕਾਮਨ, ਓਮੇਗਾ ਸਕੇਅਰ ਪਲੱਸ 1, ਓਮੇਗਾ ਸਕੇਅਰ ਪਲੱਸ 1 ਕਿਹਦੇ ਬਰਾਬਰ ਹੁੰਦਾ ਹੈ, ਮਾਈਨਸ ਓਮੇਗਾ ਦੇ, ਕਿਉਂਕਿ 1 ਪਲੱਸ ਓਮੇਗਾ ਪਲੱਸ ਓਮੇਗਾ ਸਕੇਅਰ ਕਿਹਦੇ ਬਰਾਬਰ ਹੁੰਦਾ ਹੈ, 0 ਦੇ, ਤਾਂ ਓਮੇਗਾ ਸਕੇਅਰ ਪਲੱਸ 1 ਕਿਹਦੇ ਬਰਾਬਰ ਆ ਗਿਆ, ਮਾਈਨਸ ਓਮੇਗਾ ਦੇ, ਤਾਂ ਮਾਈਨਸ ਮਾਈਨਸ ਪਲੱਸ ਹੋ ਗਿਆ, ਤਾਂ ਆਇਓਟਾ ਓਮੇਗਾ ਦੀ ਪਾਵਰ 105, ਆਇਓਟਾ ਦੀ ਐਡ ਕਰਤੀ, ਓਮੇਗਾ ਦੀ ਐਡ ਕਰਤੀ, ਤਾਂ ਓਮੇਗਾ ਤਾਂ 3 ਤੇ ਪੂਰਾ ਪੂਰਾ ਡਿਵਾਈਡ ਹੋ ਗਿਆ, ਤਾਂ 1 ਹੀ ਬਣ ਗਿਆ, ਇਹਨੂੰ 4 ਤੇ ਡਿਵਾਈਡ ਕੀਤਾ, ਆਇਓਟਾ ਆ ਗਿਆ ਆਪਣਾ ਆਨਸਰ। ਇੱਕ ਤਾਂ ਇਹ ਤਰੀਕਾ ਹੋ ਗਿਆ ਆਪਣੇ ਸਮਝ ਚ ਆਉਂਦਾ, ਬਾਈ ਚਾਂਸ ਆਪਣੇ ਦਿਮਾਗ ਚ ਨਹੀਂ ਆਉਂਦਾ ਕੁਸ਼ਚਨ,
ਹੋਰ ਵੀ ਤਰੀਕੇ ਹੁੰਦੇ ਆ ਬੇਟਾ ਕੁਐਸਚਨ ਕਰਨ ਦੇ, ਠੀਕ ਹੈ। ਤਾਂ ਜਦੋਂ ਆਪਣੇ ਕੋਲੇ ਇੰਨਾ ਤਾਂ ਪਤਾ ਵੀ ਇਹਦੀ ਪਾਵਰ ਕੱਢਣੀ ਹੈ 101, ਤਾਂ ਆਪਾਂ ਕੋਈ ਬਾਇਨੋਮੀਅਲ ਥਿਓਰਮ ਲਾ ਕੇ ਐਕਸਪੈਂਡ ਤਾਂ ਕਰ ਹੀ ਨਹੀਂ ਸਕਦੇ ਵੀ ਆਪਾਂ ਸੋਚੀਏ ਇਹਨੂੰ 101 ਵਾਰ ਖੋਲ ਕੇ ਸੋਲਵ ਕਰਕੇ ਆਂਸਰ ਕੱਢਾਂਗੇ। ਤਾਂ ਕੋਈ ਨਾ ਕੋਈ ਸਕੀਮ ਤਾਂ ਪਾਉਣੀ ਪੈਣੀ ਹੈ, ਇੰਨਾ ਤਾਂ ਆਪਾਂ ਨੂੰ ਕਲੀਅਰ ਹੈ, ਹੈ ਨਾ। ਤਾਂ ਜੈਡ ਨੂੰ ਆਪਾਂ ਐਵੇਂ ਲਿਖ ਸਕਦੇ ਹਾਂ, √3/2 ਨੂੰ ਕੋਸ 30° ਪਲੱਸ ਆਇਓਟਾ ਸਾਈਨ 30°। ਮਤਲਬ ਜੈਡ ਨੂੰ ਆਪਾਂ ਕੀ ਲਿਖ ਸਕਦੇ ਹਾਂ, ਸਿਰਫ 30°। ਤਾਂ ਜੈਡ ਦੀ ਪਾਵਰ 101, ਮਤਲਬ ਸਿਸ 30 ਦੀ ਪਾਵਰ 101, ਤਾਂ ਕਿੰਨਾ ਆ ਗਿਆ 30 ਕਿੰਨੇ ਯਾਰ 30। ਹੁਣ ਆਪਾਂ ਨੂੰ ਪਤਾ ਵੀ ਐਂਗਲ ਹੈ ਜਿਹੜਾ 360 ਦੇ ਜਿਹੜੇ ਟੇਬਲ ਤੇ ਆਉਂਦੇ ਆ ਉਹ ਤਾਂ ਸਿੱਧੇ ਘਟਾਈ ਚੱਲੋ, ਠੀਕ ਹੈ, 360 ਦੇ ਟੇਬਲ ਤੇ। ਤਾਂ ਕੁਛ ਕਾਮਨ ਵੈਲਿਊਜ਼ ਜਿਹੜੀਆਂ ਆਪਾਂ ਨੂੰ ਦੇਖੋ ਨਹੀਂ, ਇੱਕੋਦਮ ਨਹੀਂ ਪਤਾ ਲੱਗਦਾ ਵੀ 3030 ਨੂੰ ਜੇ ਆਪਾਂ ਡਿਵਾਈਡ ਕਰਾਂਗੇ ਤਾਂ ਕਿੰਨਾ ਆਊਗਾ, ਲੇਕਿਨ ਆਪਾਂ ਨੂੰ ਤਰੀਕਾ ਕੀ ਲਾਉਣੇ ਚਾਹੀਦੇ ਸ਼ਾਰਟ, ਠੀਕ ਹੈ। ਤਾਂ ਆਪਾਂ ਨੂੰ ਪਤਾ 360 ਨੂੰ 2 ਤੇ ਗੁਣਾ ਕਰਾਂਗੇ 720 ਆ ਜਾਊਗਾ, ਠੀਕ ਹੈ। 3 ਤੇ ਗੁਣਾ ਕਰਦੇ ਹਾਂ 1080 ਆਉਂਦਾ, 5 ਤੇ ਗੁਣਾ ਕਰਦੇ ਹਾਂ ਤਾਂ 1800 ਆਉਂਦਾ। ਤਾਂ ਮੈਂ ਸੋਚਿਆ ਵੀ 5 ਤੇ ਗੁਣਾ ਕਰੂੰਗਾ 1800 ਆਜੂ, 1800 ਤਾਂ ਮੈਂ ਸਿੱਧਾ ਹੀ ਘਟਾ ਕੇ 1230 ਆ ਗਿਆ ਮੇਰੇ ਕੋਲੇ, 1800 ਮੈਂ ਸਿੱਧਾ ਹੀ ਘਟਾ ਤਾ। ਫਿਰ 1080 ਉਹ ਚੋਂ ਹੋਰ ਘਟਾਤੇ, ਕਿੰਨਾ ਰਹਿ ਗਿਆ 150° ਰਹਿ ਗਿਆ ਸਿੱਧਾ। ਜੇ ਤੁਸੀਂ ਮੇਰੇ ਵਾਲੀ ਟੈਕਨੀਕ ਨਹੀਂ ਲਾਉਣਾ ਚਾਹੁੰਦੇ ਤਾਂ ਤੁਹਾਨੂੰ ਫਿਰ ਕੀ ਕਰਨਾ ਪਊਗਾ, 3030 ਨੂੰ ਬੇਟਾ ਡਿਵਾਈਡ ਕਰਨਾ ਪਊਗਾ ਤੇ ਫਿਰ ਕੱਢਣਾ ਪਊ ਰਿਮਾਇੰਡਰ। ਲੇਕਿਨ ਆਪਾਂ ਜਿਹੜੀਆਂ ਕਾਮਨ ਵੈਲਿਊ ਸਾਨੂੰ ਆਉਂਦੀਆਂ ਹੁੰਦੀਆਂ ਨਾ ਉਹਦਾ ਯੂਜ ਕਰਦੇ ਹਾਂ, ਠੀਕ ਹੈ। ਤਾਂ ਇਹ ਕਿਹਦੇ ਬਰਾਬਰ ਆ ਗਿਆ ਬੇਟਾ, ਸਿਸ 150 ਦੇ ਇਕੁਅਲ ਆ ਗਿਆ। ਸਿਸ 150 ਮਤਲਬ ਕੋਸ 150 ਪਲੱਸ ਆਇਓਟਾ ਸਾਈਨ 150, ਤੇ ਕੋਸ 150 ਦੀ ਵੈਲਿਊ ਆ ਗਈ -√3/2 ਪਲੱਸ ਆਇਓਟਾ 1/2। ਤਾਂ ਆਇਓਟਾ 1/2 -√3/2, ਤਾਂ ਆਪਣੇ ਕੋਲੇ ਓਮੇਗਾ ਦੀ ਵੈਲਿਊ ਕੀ ਹੁੰਦੀ ਹੈ, -1/2 ਪਲੱਸ ਆਇਓਟਾ √3/2 ਆਈ ਹੁੰਦੀ ਹੈ, ਠੀਕ ਹੈ। ਤਾਂ ਅਗਰ ਆਪਾਂ ਇਸ ਨੂੰ ਥੋੜਾ ਸੋਲਵ ਕਰਨਾ ਪਊ ਹੁਣ ਆਪਾਂ ਨੂੰ ਓਮੇਗਾ ਦੇ ਵਿੱਚ ਬਣਾਉਣ ਵਾਸਤੇ, ਜਾਂ ਆਪਾਂ ਕੀ ਕਰੀਏ ਓਮੇਗਾ ਚ ਨਹੀਂ ਬਣਾਉਂਦੇ, ਜੇ ਤੁਸੀਂ ਮੰਨ ਲਓ ਓਮੇਗਾ ਚ ਲੈ ਕੇ ਨਹੀਂ ਜਾਣਾ ਚਾਹੁੰਦੇ। ਮੈਂ ਹੋਰ ਸੌਖਾ ਕਰਦੇ ਆਪਾਂ ਕੁਐਸਚਨ, ਆ ਵੈਲਿਊ ਡਾਇਰੈਕਟ ਪੁੱਟ ਕਰ ਦਿੰਦੇ ਬੇਟਾ ਇੱਥੇ, ਠੀਕ ਹੈ। ਓਮੇਗਾ ਆਪਾਂ ਯੂਜ ਹੀ ਨਹੀਂ ਕਰਦੇ। ਹੁਣ ਦੇਖੋ ਤਾਂ ਕੀ ਆ ਗਿਆ, -√3/2 ਪਲੱਸ ਆਇਓਟਾ ਬਾਏ 2 ਮਾਈਨਸ ਆਇਓਟਾ। ਮਾਈਨਸ ਆਇਓਟਾ ਕਾਹਦਾ ਹੈ, ਇਹਦਾ, ਇਹਨੂੰ ਸੋਲਵ ਕੀਤਾ ਸੀ ਆਪਾਂ ਨੇ। ਤਾਂ ਇਹ ਕੀ ਆ ਗਿਆ ਆਪਣੇ ਕੋਲੇ, -√3/2 ਮਾਈਨਸ ਆਇਓਟਾ ਬਾਏ 2 ਬਣ ਗਿਆ, ਠੀਕ ਹੈ। ਤਾਂ -√3/2 ਮਾਈਨਸ ਆਇਓਟਾ ਬਾਏ 2 ਦੋਨੋਂ ਹੀ ਆਪਣੇ ਕੋਲੇ ਹੁਣ ਥਰਡ ਕੁਆਡਰੈਂਟ ਚ ਹੋ ਗਿਆ, ਐਕਸ ਤੇ ਵਾਈ ਦੋਨੋਂ ਨੈਗੇਟਿਵ। ਤਾਂ ਇਹ ਕਿੰਨਾ ਬਣ ਜੂ, ਸਿਸ 210° ਬਣ ਜੂ, ਕਿਉਂਕਿ ਕੋਸ 210 ਥਰਡ ਕੁਆਡਰੈਂਟ ਚ -√3/2 ਆਊ ਤੇ ਸਾਈਨ 210 -1/2 ਆਊ। ਤਾਂ ਹੁਣ ਇਹਨੂੰ ਆਪਾਂ 210 ਨੂੰ 105 ਨਾਲ ਗੁਣਾ ਕਰਨਾ ਪੈਣਾ, ਫਿਰ ਉਹਨੂੰ 360 ਤੇ ਆਪਾਂ ਨੂੰ ਕਰਨਾ ਪੈਣਾ ਡਿਵਾਈਡ, ਠੀਕ ਹੈ। ਜੇ ਆਪਾਂ ਨੂੰ ਇੱਥੇ ਐਂ ਲੱਗਦਾ ਵੀ ਇਹ ਔਖਾ ਹੋ ਰਿਹਾ, ਤਾਂ ਆਪਾਂ ਇੱਥੇ ਫਿਰ ਇਹਨੂੰ ਓਮੇਗਾ ਚ ਕਨਵਰਟ ਕਰਦੇ ਹਾਂ। ਮਤਲਬ ਕੁਐਸਚਨ ਨੂੰ ਕਰਨ ਦੇ ਬਹੁਤ ਸਾਰੇ ਤਰੀਕੇ ਹੈ, ਉਹ ਆਪਣੇ ਤੇ ਡਿਪੈਂਡ ਕਰਦਾ। ਜਦੋਂ ਆਪਾਂ ਕੁਐਸਚਨ ਕਰ ਕਰਕੇ ਦੇਖਦੇ ਹਾਂ, ਪ੍ਰੈਕਟਿਸ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਵੀ ਕਿਹੜਾ ਕੁਐਸਚਨ ਪੇਪਰ ਚ ਕਿਸ ਤਰੀਕੇ ਨਾਲ ਕਰੀਏ, ਕਿਸ ਚੀਜ਼ ਚ ਘੱਟ ਟਾਈਮ ਲੱਗਦਾ। ਹੁਣ ਇੱਥੇ ਆਪਾਂ ਨੂੰ ਪਤਾ, ਜੇ ਆਪਾਂ ਕਰਕੇ ਦੇਖਿਆ ਤਾਂ ਆਪਾਂ ਨੂੰ ਲੱਗਦਾ ਵੀ 210 ਤੇ 105 ਨੂੰ ਗੁਣਾ ਕਰਾਂਗੇ, ਫਿਰ 360 ਤੇ ਡਿਵਾਈਡ ਕਰਾਂਗੇ, ਫਿਰ ਕਰਾਂਗੇ, ਜੀ ਜਾਂ ਨਹੀਂ ਕਰਦਾ, ਔਖਾ ਲੱਗਦਾ ਕੁਐਸਚਨ, ਠੀਕ ਹੈ। ਤਾਂ ਫਿਰ ਆਪਾਂ ਨੇ ਕੀ ਕੀਤਾ, ਆਇਓਟਾ ਕਾਮਨ ਕੱਢ ਲਿਆ ਇਹਦੇ ਵਿੱਚ। ਤਾਂ ਕੀ ਆ ਗਿਆ, -1/2 ਪਲੱਸ √3/2 ਆਇਓਟਾ ਆ ਬਣ ਗਿਆ। ਆਪਾਂ ਕਿਹਾ ਆਹ ਤਰੀਕਾ ਸੌਖਾ ਹੈ, ਆਇਓਟਾ ਮੇਗਾ ਦੀ ਪਾਵਰ 105 ਸਿੱਧਾ ਆਇਓਟਾ ਆਨਸਰ। ਤਾਂ ਉਹ ਆਪਣੇ ਤੇ ਡਿਪੈਂਡ ਕਰਦਾ ਬੇਟਾ ਵੀ ਆਪਾਂ ਕੁਐਸਚਨ ਕਿਵੇਂ ਕਰਦੇ ਹਾਂ। ਕੁਐਸਚਨ ਇੰਨੇ ਆਸਾਨ ਨਹੀਂ ਹੁੰਦੇ, ਜਿਨ੍ਹਾਂ ਦੀ ਪ੍ਰੈਕਟਿਸ ਹੈ ਉਹ ਆਸਾਨ ਹੈ। ਜੇ ਕੁਐਸਚਨ ਪਹਿਲੀ ਵਾਰ ਦੇਖਾਂਗੇ ਤਾਂ ਹੀ ਘਬਰਾਹਟ ਹੋਊਗੀ ਪੇਪਰ ਚ ਕਿਵੇਂ ਨਿਕਲੂਗਾ ਕੁਐਸਚਨ। ਪਰ ਜੇ ਆਪਾਂ ਉਂਝ ਸੋਚੀਏ, ਆਪਾਂ ਥਿਊਰੀ ਦੇ ਵਿੱਚ ਸਿਸ ਵੀ ਪੜਿਆ ਹੋਇਆ, ਓਮੇਗਾ ਵੀ ਪੜਿਆ ਹੋਇਆ, ਸਿਸ ਦੀਆਂ ਪਾਵਰਸ ਵੀ ਕੱਢਣੀਆਂ ਸਿੱਖੀਆਂ ਹੋਈਆਂ, ਗੁਣਾ ਭਾਗ ਸਾਰਾ ਕੁਛ ਸਿੱਖਿਆ ਹੋਇਆ। ਤਾਂ ਜਿਹੜੀ ਥਿਊਰੀ ਕੀਤੀ ਹੈ ਨਾ, ਉਹ ਇੱਕ ਵਾਰ ਕਰਕੇ ਸਫੀਸ਼ੈਂਟ ਨਹੀਂ ਰਹਿੰਦੀ,
ਉਹਨੂੰ ਦੋ ਤਿੰਨ ਵਾਰ ਕਰੋ, ਲਿਖ ਕੇ ਦੇਖੋ, ਫਿਰ ਜਾ ਕੇ ਪ੍ਰੈਕਟਿਸ ਹੁੰਦੀ ਹੈ। ਕਲੀਅਰ ਹੋ ਗਿਆ ਕੁਐਸਚਨ? ਯੈਸ ਸਰ। ਨੈਕਸਟ ਹੈ ਬੇਟਾ ਕੁਐਸਚਨ ਆਪਣੇ ਕੋਲੇ, ਦਾ ਸਕੁਅਰ ਰੂਟ ਆਫ ਦਿਸ। ਇਹ ਤਾਂ ਚਲੋ ਆਪਾਂ ਨੇ ਆ ਫਾਰਮੂਲਾ ਪੜ੍ਹਿਆ ਹੀ ਹੋਇਆ, ਠੀਕ ਹੈ, ਤਾਂ ਏ ਦੀ ਜਗ੍ਹਾ 4 ਫੁੱਟ ਕਰ ਦਾਂਗੇ, ਬੀ ਦੀ ਜਗ੍ਹਾ 3 ਫੁੱਟ ਕਰ ਦਾਂਗੇ, ਤਾਂ ਡਾਇਰੈਕਟ ਆਂਸਰ ਆ ਜਾਊਗਾ ਆਪਣੇ ਕੋਲ। ਜਾਂ ਫਿਰ ਦੂਸਰਾ ਤਰੀਕਾ ਇਹ ਹੁੰਦਾ ਬੇਟਾ ਕਿ ਆਪਾਂ ਆਪਸ਼ਨਸ ਦੇ ਸਕੁਅਰ ਕਰਕੇ ਦੇਖ ਲਾਂਗੇ। ਮੰਨ ਲਓ ਇਹਦਾ ਸਕੁਅਰ ਕਰਕੇ ਦੇਖ ਲਓ, ਜੇ ਆ ਆਉਂਦਾ ਤਾਂ ਠੀਕ ਹੈ, ਨਹੀਂ ਫਿਰ ਇਹਦਾ ਸਕੁਅਰ ਕਰੋ, ਫਿਰ ਇਹਦਾ ਸਕੁਅਰ ਕਰੋ, ਤਾਂ ਸਕੁਅਰ ਕਰਕੇ ਵੀ ਆਜੂ ਆਂਸਰ, ਜਾਂ ਫਿਰ ਸਿੱਧਾ ਆ ਸ਼ਾਰਟਕਟ ਯੂਜ ਕਰ ਲਓ। ਨੈਕਸਟ ਆਪਣੇ ਕੋਲ ਕੁਐਸਚਨ ਹੈ, ਇਫ ਦਾ ਰੂਟਸ ਆਫ ਦਿਸ ਆਰ 2 ਕੰਸੈਕਟਿਵ ਇੰਟੀਜਰਸ ਦੈਨ ਬੀ ਸਕੁਅਰ ਮਾਈਨਸ 4ਸੀ। ਠੀਕ ਹੈ, ਤਾਂ ਅਗਰ ਕਹਿੰਦੇ ਇਹਦੇ ਰੂਟਸ ਜਿਹੜੇ ਹੈ ਉਹ ਲਗਾਤਾਰ ਦੋ ਇੰਟੀਜਰ ਨੇ, ਤਾਂ ਆਪਾਂ ਇੱਕ ਰੂਟ ਅਲਫਾ ਮੰਨ ਲਿਆ, ਇੱਕ ਅਲਫਾ ਪਲੱਸ 1 ਮੰਨ ਲਿਆ, ਠੀਕ ਹੈ, ਤਾਂ ਉਹਦਾ ਸਮ ਕਰ ਲਿਆ, ਸਮ ਕਿਹਦੇ ਬਰਾਬਰ ਆ ਗਿਆ, ਮਾਈਨਸ ਬੀ ਅਪੋਨ, ਇਹਨਾਂ ਨੂੰ ਐਡ ਕੀਤਾ, 2 ਅਲਫਾ ਪਲੱਸ 1 ਇਕੁਅਲ ਟੂ ਬੀ ਆ ਗਿਆ। ਇੱਥੋਂ ਅਲਫਾ ਦੀ ਵੈਲਿਊ ਕੱਢ ਲਈ, ਬੀ ਮਾਈਨਸ 1 ਬਾਈ 2 ਆ ਗਈ, ਤੇ ਇਹਨਾਂ ਦੀ ਪ੍ਰੋਡਕਟ ਕਰਤੀ, ਸੀ ਦੇ ਬਰਾਬਰ ਆ ਗਈ, ਤਾਂ ਉੱਥੇ ਆਪਾਂ ਕੀ ਕੀਤਾ, ਅਲਫਾ ਦੀ ਵੈਲਿਊ ਪੁੱਟ ਕਰ, ਤਾਂ ਅਲਫਾ ਦੀ ਵੈਲਿਊ ਪੁੱਟ ਕਰਕੇ ਆਪਣੇ ਕੋਲ ਬਣ ਗਿਆ ਰਿਲੇਸ਼ਨ, ਆਂਸਰ ਆ ਗਿਆ ਬੀ ਸਕੇਅਰ ਮਾਈਨਸ 4 ਏ ਸੀ ਇਕੁਅਲ ਟੂ 1। ਕੁਸ਼ਚਨ ਨੂੰ ਆਪਾਂ ਹੋਰ ਤਰੀਕੇ ਨਾਲ ਵੀ ਕਰ ਸਕਦੇ ਸੀ, ਆਪਾਂ ਕਿਵੇਂ, ਆਪਾਂ ਨੂੰ ਕਿਹਾ ਸੀ ਵੀ ਇਹਦੇ ਰੂਟਸ ਆ ਜਿਹੜੇ ਉਹ ਕੰਸੈਕਟਿਵ ਇੰਟੀਜਰਸ ਆ, ਕੋਈ ਵੀ ਹੋ ਸਕਦੇ ਆ, ਆਪਾਂ ਨੇ ਮੰਨ ਲਓ 2 ਤੇ 3 ਮੰਨ ਲਏ ਰੂਟਸ, ਤਾਂ ਸਮ ਆਫ ਰੂਟਸ ਕਿੰਨਾ ਆ ਗਿਆ, 5 ਕਿਹਦੇ ਬਰਾਬਰ ਆ ਗਿਆ ਆਪਣੇ ਕੋਲ, ਬੀ ਦੇ, ਸਮ ਇੱਥੋਂ ਕਿੰਨਾ ਆ ਰਿਹਾ, ਬੀ ਆ ਰਿਹਾ ਸਮ, ਤੇ ਆਪਣੇ ਕੋਲ ਕਿੰਨਾ ਆ ਰਿਹਾ, 5 ਆ ਰਿਹਾ ਰੂਟਸ ਦਾ, ਤੇ ਪ੍ਰੋਡਕਟ ਕਿੰਨੀ ਆ ਰਹੀ ਹੈ, 6। ਤਾਂ ਹੁਣ ਇੱਥੇ ਬੀ ਸਕੇਅਰ ਮਾਈਨਸ 4 ਏ ਸੀ ਚ ਵੈਲਿਊ ਭਰੋ, ਬੀ ਸਕੇਅਰ ਦੀ ਵੈਲਿਊ 25 ਮਾਈਨਸ 24 1 ਆ ਗਿਆ। ਠੀਕ ਹੈ, ਜ਼ਰੂਰੀ ਨਹੀਂ ਸੀ ਕਿ ਰੂਟ 2 ਤੇ 3 ਮੰਨਣੇ ਸੀ, ਅਗਰ ਤੁਸੀਂ ਰੂਟ 4 ਤੇ 7 ਵੀ ਮੰਨ ਲੈਂਦੇ ਤਾਂ ਵੀ ਕੋਈ ਫਰਕ ਨਹੀਂ ਪੈਣਾ ਸੀ, ਤਾਂ ਬੀ ਆਪਣੇ ਕੋਲ 11 ਆ ਜਾਂਦਾ ਤੇ ਸੀ ਆਪਣੇ ਕੋਲ ਆ ਜਾਂਦਾ 28। ਠੀਕ ਹੈ, ਤਾਂ ਆਪਾਂ ਬੀ ਸਕੇਅਰ ਫਾਈਂਡ ਕਰਦੇ, ਠੀਕ ਹੈ, ਤਾਂ ਬੀ ਸਕੇਅਰ ਕਿੰਨਾ ਆ ਜਾਂਦਾ ਆਪਣੇ ਕੋਲ, ਅਗਰ ਆਪਾਂ ਸਮ ਆਫ ਰੂਟਸ 11 ਆ ਗਿਆ ਤੇ ਪ੍ਰੋਡਕਟ ਆਫ ਰੂਟਸ ਆਪਣੇ ਕੋਲ, ਹਾਂਜੀ, ਸੋਚਦੇ ਵੀ ਅਸੀਂ 2 ਤੇ 3 ਹੀ ਕਿਉਂ ਮੰਨੇ, ਕਿਵੇਂ ਪਤਾ ਲੱਗੂ, ਜਿਹੜਾ ਰੂਲ ਲੱਗੂ ਸਾਰਿਆਂ ਵਾਸਤੇ ਹੀ ਲੱਗੂ ਬੇਟਾ, ਜਿਹੜੇ ਮਰਜ਼ੀ ਮੰਨ ਲਓ, ਕੰਸੈਕਟਿਵ ਕਹੇ ਆ, ਚਾਹੇ 4-5 ਮੰਨ ਲਓ, ਚਾਹੇ 7-8 ਮੰਨ ਲਓ, ਚਾਹੇ 6-7 ਮੰਨ ਲਓ, ਸਾਰਿਆਂ ਨਾਲ ਆ ਗਈ, ਇਹ ਪ੍ਰੋਪਰ ਤਰੀਕਾ ਹੈ। ਠੀਕ ਹੈ, ਹੁਣ ਆਪਾਂ ਜਦੋਂ ਪ੍ਰੈਕਟਿਸ ਕਰਦੇ ਹਾਂ ਤਾਂ ਦਿਮਾਗ 'ਚ ਆਉਣੇ ਸ਼ੁਰੂ ਹੁੰਦੇ ਆ ਬੇਟਾ ਵੀ ਕਿਹੜਾ ਕੁਸ਼ਚਨ ਪੇਪਰ 'ਚ ਕਿਵੇਂ ਕਰੀਏ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਦਾ ਇਕੁਏਸ਼ਨ, ਦਿਸ ਹੈਜ਼ 2 ਇਕੁਅਲ ਰੂਟਸ, ਆ ਇਕੁਏਸ਼ਨ ਹੈ, ਇਹਦੇ ਜਿਹੜੇ ਰੂਟਸ ਨੇ ਉਹ ਦੋਨੋਂ ਇਕੁਅਲ ਹੈ, ਕੇ ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਸਿੰਪਲ ਕੁਸ਼ਚਨ ਹੈ, ਰੂਟਸ ਇਕੁਅਲ ਕਦੋਂ ਹੁੰਦੇ ਆ, ਜਦੋਂ ਡਿਸਕ੍ਰਿਮੀਨੈਂਟ 0 ਹੁੰਦਾ, ਤਾਂ ਡਿਸਕ੍ਰਿਮੀਨੈਂਟ 0 ਹੈ, ਤਾਂ ਬੀ ਸਕੇਅਰ ਮਾਈਨਸ 4 ਏ ਸੀ 0 ਆ ਗਿਆ, ਕੇ ਸਕੇਅਰ 24, ਕੇ ਦੀ ਵੈਲਿਊ ਪਲੱਸ ਮਾਈਨਸ 2 ਅੰਡਰ ਰੂਟ 6 ਆ ਗਈ। 8th ਕੁਐਸਚਨ, ਇਫ ਦਾ ਰੂਟਸ ਆਫ ਦਿਸ ਆਰ ਇਨ ਦਾ ਰੇਸ਼ੋ ਐਮ ਇਜ਼ ਟੂ ਐਮ, ਤਾਂ ਇਹਦੇ ਜਿਹੜੇ ਰੂਟਸ ਹੈ ਬੇਟਾ ਉਹ ਐਮ ਰੇਸ਼ੋ ਐਨ ਦੇ ਵਿੱਚ ਆਉਂਦੇ ਆ। ਠੀਕ ਹੈ, ਤਾਂ ਆਪਾਂ ਨੇ ਕੀ ਕੀਤਾ, ਸਮ ਆਫ ਰੂਟਸ ਕੱਢ ਲਿਆ, ਮਾਈਨਸ ਬੀ ਅਪੋਨ ਏ, ਪ੍ਰੋਡਕਟ ਆਫ ਰੂਟਸ ਕੱਢ ਲਈ, ਸੀ ਅਪੋਨ ਏ, ਇੱਥੋਂ ਅਲਫਾ ਦੀ ਵੈਲਿਊ ਕੱਢ ਲਈ, ਅਲਫਾ ਦੀ ਵੈਲਿਊ ਕੀ ਆ ਗਈ, ਮਾਈਨਸ ਬੀ ਅਪੋਨ ਏ ਐਮ ਪਲੱਸ ਐਨ ਆ, ਦੇਖੋ ਇੱਥੇ ਪੁੱਟ ਕਰਤੀ। ਤਾਂ ਸਿੰਪਲ ਕਿੰਨੇ ਕੁਐਸਚਨ ਕਰ ਲਏ ਆਪਾਂ ਇਸ ਤਰੀਕੇ ਨਾਲ ਬੇਟਾ, ਸਾਰਿਆਂ ਦਾ ਤਰੀਕਾ ਇੱਕੋ ਹੀ ਹੈ। ਠੀਕ ਹੈ, ਇਹ ਜਦੋਂ ਆਪਾਂ ਸਮ ਤੇ ਪ੍ਰੋਡਕਟ ਕੱਢਦੇ ਹਾਂ, ਆਪਦੇ ਕੋਲੋਂ ਜਿਹੜਾ ਅਲਫਾ ਮੰਨਿਆ ਹੁੰਦਾ, ਸਮ ਚੋਂ ਅਲਫਾ ਕੱਢੀ ਦਾ, ਪ੍ਰੋਡਕਟ ਚ ਭਰ ਦੇਈਦਾ, ਕ੍ਰੋਸ ਮਲਟੀਪਲਾਈ ਕਰੋ, ਕੁਐਸਚਨ ਖਤਮ ਹੋ ਜਾਂਦਾ। 9th ਕੁਐਸਚਨ, ਇਫ 1 ਰੂਟ ਆਫ ਦਾ ਇਕੁਏਸ਼ਨ ਇਜ਼ 4, ਹੁਣ 4 ਇਹਦਾ ਇੱਕ ਰੂਟ ਹੈ, ਤਾਂ ਡੈਫੀਨੇਟਲੀ ਕੀ ਹੋਊਗਾ, 4 ਇਹਨੂੰ ਸੈਟਿਸਫਾਈ ਕਰੂਗਾ, ਤਾਂ ਇੱਥੇ ਆਪਾਂ 4 ਪੁੱਟ ਕਰਤਾ, 16 ਪਲੱਸ 4 ਪੀ ਪਲੱਸ 12, 16 ਪਲੱਸ 12 28 ਹੋ ਗਿਆ, ਮਾਈਨਸ ਦਾ 28 ਬਟਾ 4, ਪੀ ਦੀ ਵੈਲਿਊ ਮਾਈਨਸ 7 ਆ ਗਈ। ਵਾਈਲ ਦਾ ਇਕੁਏਸ਼ਨ ਦਿਸ ਹੈਜ਼ ਇਕੁਅਲ ਰੂਟਸ, ਤਾਂ ਇੱਥੇ ਪੀ ਦੀ ਜਗ੍ਹਾ ਮਾਈਨਸ 7 ਭਰਤਾ, ਹੁਣ ਇਸ ਇਕੁਏਸ਼ਨ ਦੇ ਰੂਟਸ ਇਕੁਅਲ ਹੈ, ਤਾਂ ਇਹਦਾ ਡਿਸਕ੍ਰਿਮੀਨੈਂਟ 0 ਆਜੂਗਾ, ਤਾਂ ਇਹਦੀ ਡੀ ਕੱਢ ਲਈ ਆਪਾਂ, ਬੀ ਸਕੇਅਰ ਮਾਈਨਸ 4 ਏ ਸੀ, ਉਹਨੂੰ 0 ਪੁੱਟ ਕੀਤਾ, ਤਾਂ ਕਿਊ ਕਿੰਨਾ ਆ ਗਿਆ, 49 ਡਿਵਾਈਡਿਡ ਬਾਏ 4। ਓਕੇ, ਕੁਐਸਚਨ ਨੰਬਰ 10, ਮੋਹਨ ਐਂਡ ਸੋਹਨ ਸੋਲਵ ਐਨ ਇਕੁਏਸ਼ਨ, ਠੀਕ ਹੈ, ਦੋ ਦੋਸਤ ਹੈ ਕਿ ਭਰਾ ਹੈ ਪਤਾ ਨਹੀਂ ਲੱਗ ਰਿਹਾ, ਤਾਂ ਦੋਨੋਂ ਜਣੇ ਬੈਠ ਕੇ ਇੱਕ ਕੁਐਸਚਨ ਸੋਲਵ ਕਰ ਰਹੇ ਹੈ। ਇਨ ਸੋਲਵਿੰਗ ਮੋਹਨ ਕਮਿਟਸ ਏ ਮਿਸਟੇਕ ਇਨ ਕੋਂਸਟੈਂਟ ਟਰਮ,
ਕਹਿੰਦਾ ਮੋਹਨ ਨੇ ਜਲਦਬਾਜ਼ੀ ਚ ਗਲਤੀ ਕਰਤੀ ਕਾਂਸਟੈਂਟ ਟਰਮ ਲਿਖਣ ਦੇ ਵਿੱਚ ਤੇ ਉਹਨੇ ਰੂਟਸ ਕੱਢੇ ਆ 8 ਤੇ 2 ਹੁਣ ਆਪਾਂ ਨੂੰ ਪਤਾ ਹੈ ਕਿ ਸਮ ਆਫ ਰੂਟਸ ਆ ਜਿਹੜਾ ਉਹ ਮਾਈਨਸ ਬੀ ਵਟਾ ਏ ਹੁੰਦਾ ਤੇ ਪ੍ਰੋਡਕਟ ਆਫ ਰੂਟਸ ਆ ਜਿਹੜਾ ਉਹ ਸੀ ਵਟਾ ਏ ਹੁੰਦਾ ਹੁਣ ਮੋਹਨ ਨੇ ਕੀ ਕੀਤਾ ਕਾਂਸਟੈਂਟ ਟਰਮ ਗਲਤ ਲੈ ਲਈ ਉਹਦੀ ਸੀ ਗਲਤ ਹੈ ਤਾਂ ਇਹਦਾ ਮਤਲਬ ਉਹਦੀ ਪ੍ਰੋਡਕਟ ਆਫ ਰੂਟਸ ਗਲਤ ਆਊ ਪਰ ਉਹਨੇ ਏ ਤੇ ਬੀ ਤਾਂ ਸਹੀ ਲੈਤੇ ਇਹਦਾ ਮਤਲਬ ਉਹਦਾ ਸਮ ਆਫ ਰੂਟਸ ਤਾਂ ਸਹੀ ਆਉਣਾ ਚਾਹੀਦਾ ਨਾ ਉਹਨੇ ਰੂਟਸ 8 ਤੇ 2 ਕੱਢੇ ਹੈ ਰੂਟ ਸਾਨੂੰ ਨਹੀਂ ਪਤਾ ਸਹੀ ਕਿੰਨੇ ਹੈ ਪਰ ਉਹਦਾ ਸਮ 10 ਬਣਦਾ ਤਾਂ ਜਿਹੜੇ ਐਕਚੁਅਲ ਰੂਟ ਹੋਣਗੇ ਉਹਨਾਂ ਦਾ ਸਮ ਵੀ 10 ਬਣਨਾ ਚਾਹੀਦਾ ਕਿਉਂਕਿ ਉਹਦੇ ਏ ਤੇ ਬੀ ਸਹੀ ਸੀਗੇ ਇਸ ਕਰਕੇ ਜੋ ਐਕਚੁਅਲ ਰੂਟਸ ਹੈ ਉਹਨਾਂ ਦਾ ਸਮ ਕਿੰਨਾ ਬਣਨਾ ਚਾਹੀਦਾ ਬੇਟਾ 10 ਬਣਨਾ ਚਾਹੀਦਾ ਇਹ ਚੀਜ਼ ਸਮਝ ਆ ਰਹੀ ਹੈ ਆਪਾਂ ਨੂੰ ਯੈਸ ਸਰ ਜਿਹੜਾ ਸੋਹਨ ਹੈ ਉਹਨੇ ਐਕਸ ਦਾ ਕੋਫੀਸ਼ੀਐਂਟ ਗਲਤ ਲੈ ਲਿਆ ਐਕਸ ਦਾ ਕੋਫੀਸ਼ੀਐਂਟ ਮਤਲਬ ਬੀ ਦੀ ਵੈਲਿਊ ਗਲਤ ਲੈ ਲਈ ਇਹਦਾ ਮਤਲਬ ਸੋਹਨ ਦਾ ਸਮ ਨਹੀਂ ਸਹੀ ਹੈ ਪਰ ਪ੍ਰੋਡਕਟ ਦੇ ਵਿੱਚ ਤਾਂ ਬੀ ਯੂਜ਼ ਹੀ ਨਹੀਂ ਹੁੰਦਾ ਤਾਂ ਉਹਨੇ ਜਿਹੜੇ ਰੂਟ ਕੱਢੇ ਹੈ ਸੋਹਨ ਨੇ ਤਾਂ ਉਹਦੀ ਪ੍ਰੋਡਕਟ ਸਹੀ ਹੈ ਇਹਦਾ ਮਤਲਬ ਉਹਨੇ ਰੂਟ ਕੱਢੇ ਹੈ -9 ਤੇ -1 ਤਾਂ ਸੋਹਨ ਦੀ ਪ੍ਰੋਡਕਟ ਕਿੰਨੀ ਆ ਗਈ 9 ਆ ਗਈ ਤਾਂ ਇਹਦਾ ਮਤਲਬ ਆਪਾਂ ਨੂੰ ਸਹੀ ਸਮ ਪਤਾ ਲੱਗ ਗਿਆ ਸਹੀ ਪ੍ਰੋਡਕਟ ਪਤਾ ਲੱਗ ਗਈ ਤਾਂ ਆਪਾਂ ਆਪਸ਼ਨ ਚੋਂ ਕਰ ਲਓ ਮੰਨ ਲਓ -9 ਤੇ 1 ਲੈਂਦੇ ਹਾਂ ਤਾਂ ਸਮ ਆਉਂਦਾ ਹੀ ਨਹੀਂ 10 ਇਹ ਆਪਸ਼ਨ ਗਲਤ ਹੈ ਬੀ ਆਪਸ਼ਨ ਲੈਂਦੇ ਹਾਂ 9-1 ਸਮ 10 ਆ ਰਿਹਾ ਪ੍ਰੋਡਕਟ 9 ਆ ਰਹੀ ਹੈ ਕੁਐਸਚਨ ਖਤਮ ਠੀਕ ਹੈ ਨੈਕਸਟ ਡਾਟਾ ਕੁਐਸਚਨ ਨੰਬਰ 11 ਦਾ ਰੂਟਸ ਆਫ ਦਾ ਕੁਆਡ੍ਰੈਟਿਕ ਇਕੁਏਸ਼ਨ ਜਦੋਂ ਆਪਾਂ ਨੂੰ ਇਕੁਏਸ਼ਨ ਦੇ ਕੇ ਰੂਟਸ ਪੁੱਛੇ ਹੋਣ ਕਦੇ ਵੀ ਇਕੁਏਸ਼ਨ ਸੋਲਵ ਨਹੀਂ ਕਰਨੀ ਪੁੱਟ ਕਰਕੇ ਦੇਖੋ ਸਾਰਿਆਂ ਨਾਲੋਂ ਈਜ਼ੀ ਮੈਥਡ ਹੈ ਬੇਟਾ ਠੀਕ ਹੈ ਬਾਈ ਆਪਸ਼ਨਸ ਕਹਿੰਦਾ ਇੱਥੇ ਆਪਾਂ ਅਗਰ ਐਕਸ ਤੇ ਵੈਲਿਊਜ਼ ਪੁੱਟ ਕਰੀਏ ਐਕਸ ਦੀ ਜਗ੍ਹਾ ਏ ਪੁੱਟ ਕਰੀਏ ਜਾਂ ਬੀ ਪੁੱਟ ਕਰੀਏ ਤਾਂ ਲੈਫਟ ਸਾਈਡ ਤੇ ਰਾਈਟ ਸਾਈਡ ਬਰਾਬਰ ਆਉਣੀ ਚਾਹੀਦੀ ਠੀਕ ਹੈ ਤਾਂ ਸਾਰਿਆਂ ਨਾਲੋਂ ਈਜ਼ੀ ਵੈਲਿਊਜ਼ ਹੈ -A -B -A ਪੁੱਟ ਕਰਦੇ ਹਾਂ ਇੱਥੇ ਤਾਂ ਏ ਨਾਲ ਏ ਕੱਟਿਆ ਜਾਊ 1/20 ਰਹਿ ਜਾਊ ਇੱਥੇ -A ਪੁੱਟ ਕਰਾਂਗੇ ਤਾਂ 1/A ਨਾਲ 1/A ਕੱਟਿਆ ਜਾਊ ਤਾਂ 1/B ਬਰਾਬਰ 1/B ਆ ਜਾਊ ਇਹਦਾ ਮਤਲਬ -A ਇੱਕ ਰੂਟ ਆ ਗਿਆ ਤੇ -B ਪੁੱਟ ਕਰਦੇ ਹਾਂ ਤਾਂ ਆ ਕੱਟਿਆ ਗਿਆ 1/A ਬਚ ਗਿਆ ਇੱਧਰੋਂ ਆ ਕੈਂਸਲ ਹੋ ਗਿਆ 1/A ਤਾਂ ਇਹ ਰੂਟ ਆ ਗਿਆ ਆਪਣਾ ਠੀਕ ਹੈ ਸੋਲਵ ਕਰਾਂਗੇ ਐਲਸੀਐਮ ਲਵਾਂਗੇ ਫਿਰ ਉਹਦਾ ਡਿਸਕ੍ਰਿਮੀਨੈਂਟ ਕੱਢਾਂਗੇ ਤਾਂ ਫਿਰ ਬਹੁਤ ਟਾਈਮ ਲਾਵਾਂਗੇ ਬੇਟਾ ਠੀਕ ਹੈ ਕੁਐਸਚਨ ਨੰਬਰ 12 ਇਫ ਦਾ ਰੂਟਸ ਆਫ ਦਾ ਇਕੁਏਸ਼ਨ ਦਿਸ ਐਂਡ ਦਿਸ ਆਰ ਸਾਈਮਲਟੇਨੀਅਸਲੀ ਰੀਅਲ ਸਾਈਮਲਟੇਨੀਅਸਲੀ ਦਾ ਕੀ ਮਤਲਬ ਹੈ ਸਾਈਮਲਟੇਨੀਅਸ ਦਾ ਮਤਲਬ ਹੁੰਦਾ ਬੇਟਾ ਐਟ ਦਾ ਸੇਮ ਟਾਈਮ ਇਕੱਠੇ ਕਹਿੰਦਾ ਇਹਦੇ ਰੂਟ ਜਦੋਂ ਰੀਅਲ ਹੈ ਤਾਂ ਉਸੇ ਟਾਈਮ ਇਹਦੇ ਰੂਟ ਵੀ ਰੀਅਲ ਹੈ ਮਤਲਬ ਇਹਦਾ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ ਇਕੁਅਲ ਟੂ 0 ਹੈ ਤੇ ਇਹਦਾ ਡਿਸਕ੍ਰਿਮੀਨੈਂਟ ਵੀ ਗ੍ਰੇਟਰ ਦੈਨ ਇਕੁਅਲ ਟੂ 0 ਹੀ ਆਊਗਾ ਤਾਂ ਇਹਦਾ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ ਇਕੁਅਲ ਟੂ 0 ਹੈ ਆਪਾਂ 2b² -4ac ਗ੍ਰੇਟਰ ਦੈਨ ਇਕੁਅਲ ਟੂ 0 ਲੈ ਲਿਆ b² ਗ੍ਰੇਟਰ ਦੈਨ ਇਕੁਅਲ ਟੂ ac ਆ ਗਿਆ ਇਹਦਾ ਡਿਸਕ੍ਰਿਮੀਨੈਂਟ ਕੱਢ ਲਿਆ ਤਾਂ ਉਹ ਵੀ ਗ੍ਰੇਟਰ ਦੈਨ 0 ਲੈ ਲਿਆ ਤਾਂ ac ਇਕੁਅਲ ਟੂ ਗ੍ਰੇਟਰ ਦੈਨ ਇਕੁਅਲ ਟੂ b² ਆ ਗਿਆ ਦੋਨੋਂ ਇਕੁਏਸ਼ਨਸ ਨੂੰ ਆਪਾਂ ਨੇ ਕੰਪੇਅਰ ਕੀਤਾ ਤਾਂ b² ਇਕੁਅਲ ਟੂ ac ਆ ਗਿਆ ਠੀਕ ਹੈ ਕੁਐਸਚਨ ਨੰਬਰ 13 ਠੀਕ ਹੈ ਇਹ ਚੈਸ ਬੋਰਡ ਕੰਟੇਨਸ ਸਾਰੇ 2000 ਸਰ ਸਾਈਮਲਟੇਨੀਅਸਲੀ ਰੀਅਲ ਦਾ ਕੀ ਮਤਲਬ ਸੀ ਸਾਈਮਲਟੇਨੀਅਸਲੀ ਰੀਅਲ ਦਾ ਮਤਲਬ ਬੇਟਾ ਇਕੱਠੇ ਐਟ ਦਾ ਸੇਮ ਟਾਈਮ ਜਦੋਂ ਉਹਦੇ ਰੂਟਸ ਰੀਅਲ ਹੈ ਤਾਂ ਦੂਸਰੇ ਦੇ ਰੂਟ ਵੀ ਰੀਅਲ ਹੈ ਤਾਂ ਦੋਨੋਂ ਦਾ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ ਇਕੁਅਲ ਟੂ 0 ਆਣਾ ਚਾਹੀਦਾ ਠੀਕ ਹੈ ਸਾਈਮਲਟੇਨੀਅਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੀਆਂ ਵੈਲਿਊਜ਼ ਇੱਥੇ ਭਰ ਕੇ ਇਹਦਾ ਰੀਅਲ ਆਉਂਦਾ ਉਹੀ ਵੈਲਿਊਜ਼ ਇੱਥੇ ਭਰ ਕੇ ABC ਦੀਆਂ ਸੇਮ ਵੈਲਿਊ ਭਰਾਂਗੇ ਆਪਾਂ ਦੋਨਾਂ ਚ ਐ ਨਹੀਂ ਵੀ ਇਹਦੇ ਚ ਹੋਰ ਭਰਦੀ ਇਹਦੇ ਚ ਹੋਰ ਸਾਈਮਲਟੇਨੀਅਸ ਦਾ ਇਹ ਮਤਲਬ ਹੈ ਠੀਕ ਹੈ ਸਰ ਤਾਂ 13th ਕੁਐਸਚਨ ਹੈ ਬੇਟਾ ਇਹ ਸਾਰੇ 2021 ਦੇ ਪੇਪਰ ਦੇ ਕੁਐਸਚਨ ਹੈ ਬੇਟਾ ਤਾਂ ਇਹ ਚੈਸ ਬੋਰਡ ਕੰਟੇਨ 64 ਸਕੁਅਰਸ ਚੈਸ ਬੋਰਡ ਪਤਾ ਨਾ ਆਪਾਂ ਨੂੰ ਆ ਚੈਸ ਬੋਰਡ ਹੈ ਇਹਦੇ ਵਿੱਚ 64 ਸਕੁਅਰਸ ਹੈ 1 2 3 4 5 6 7 8 ਤੇ 1 2 3 4 5 6 7 8 8×8 64 ਸਕੁਅਰ ਹੈ ਕਹਿੰਦਾ ਹਰੇਕ ਜਿਹੜਾ ਸਕੁਅਰ ਹੈ ਉਹਦਾ ਜਿਹੜਾ ਏਰੀਆ ਹੈ ਉਹ 6.25 ਸੈਂਟੀਮੀਟਰ ਸਕੁਅਰ ਹੈ ਤਾਂ ਸਕੁਅਰ ਦਾ ਏਰੀਆ ਕਿਹਦੇ ਇਕੁਅਲ ਹੁੰਦਾ ਬੇਟਾ ਸਾਈਡ ਦਾ ਸਕੁਅਰ ਤਾਂ ਅਗਰ ਆਪਾਂ ਸਕੁਅਰ ਦੀ ਸਾਈਡ ਨੂੰ ਏ ਮੰਨ ਲਈਏ ਇਹਦਾ ਮਤਲਬ ਏ ਸਕੁਅਰ ਕਿੰਨਾ ਆ ਗਿਆ 6.25 ਤਾਂ ਏ ਕਿੰਨਾ ਆ ਗਿਆ 2.5 ਤਾਂ ਸਾਈਡ ਆਫ ਸਕੁਅਰ ਕਿੰਨੀ ਆ ਗਈ 2.5 ਆ ਗਈ ਹੁਣ ਕਿੰਨੇ ਸਕੁਅਰ ਹੈ 1 2 3 4 5 6 7 8 ਤਾਂ ਆ ਵਾਲੀ ਸਾਈਡ ਕਿੰਨੀ ਬਣ ਗਈ ਟੋਟਲ ਤਾਂ ਇਹ ਕੀ ਹੋ ਗਈ 8 × 2.5 ਕਰ ਦਈਏ
20 बन गई। फिर अपन दिता है ए बॉर्डर ऑन द बोर्ड इज 2 सेंटीमीटर वाइड, तो दोनों पासे कहिंदा 2 सेंटीमीटर चौड़ा एक बॉर्डर दे रखे, तो 2 सेंटीमीटर इधर है 2 सेंटीमीटर इधर है, तो टोटल लेंथ कितनी आ गई चेस बोर्ड की, तो आ वाली साइड बन गई 20, 2 सेंटीमीटर इधर है 2 सेंटीमीटर इधर है, टोटल कितना हो गया 24 सेंटीमीटर हो गया। यस सर। हो गया क्लियर सर? ठीक है बेटा, थैंक यू।